कर दिया मैनू यह दस तेरा इस ड्यूटी ते आन दा टाइम की है नौ बजे ते हुण की टाइम होया 12 है 12 चार घंटे लेट किथे दा हस्पताल दा खाना खराब हो गया एडी ने आके साहब मेनू पुछना कुछ करना तू अपने आप नूं बोतल टोक के सुता होना सुता इलाज करना ठीक है गसू ही लगती हो जा तेरा मुंह में ਮੇਰੀ ਗੱਲ ਸੁਣ ਹੁਣ ਕੋਈ ਮਰੀਜ਼ ਆਵੇ ਤਾਂ ਮੈਨੂੰ ਅੰਦਰ ਬੁਲਾ ਲੈ ਸਮਝ ਗਏ ਬੁਲਾ ਲੈ ਜਾ ਕੰਮ ਕਰ ਜਾ ਕੇ ਇਹਨੂੰ ਅੰਦਰ ਬੁਲਾ ਇਹਦਾ ਬੇੜਾ ਤਰ ਜਾ ਖਾਣਾ ਖਰਾਬ ਤੇ ਬੱਚਿਆਂ ਦਾ ਮੇਰਾ ਨਾਂ ਐਡੀ ਤੇ ਹਸਪੀਟਲ ਮੇਰਾ ਹੈ ਲੱਖਾਂ ਕਰੋੜਾਂ ਰੁਪਇਆ ਮੈਂ ਇੱਥੇ ਲਾਇਆ ਜਦੋਂ ਮੈਂ ਹਸਪੀਟਲ ਬਣਾਇਆ ਸੀ ਇੱਥੇ ਇੱਕ ਕਬਰ ਸੀ ਹੁਣ ਜਾ ਕੇ ਵੇਖੋ ਕਿਵੇਂ ਰੌਣਕਾਂ ਲੱਗੀਆਂ ਨੇ ਇੱਥੇ ਬੰਦਾ ਆਉਂਦਾ ਆਪਣੇ ਪੈਰਾਂ ਤੇ ਜਾਂਦਾ ਸਟੇਜਰ ਤੇ ਆਪਣਾ ਮੈਨੂੰ ਇਹ ਦੱਸੋ ਹਾਂਜੀ ਕਿ ਕੀ ਨਿਜ਼ਾਮ ਹੈ ਸਵੇਰ ਦਾ ਕੀ ਟਾਈਮ ਹੋ ਗਿਆ ਤੇ ਮਰੀਜ਼ ਆਏ ਨੇ ਕਿ ਨਹੀਂ ਅਜੇ ਤੱਕ ਫਟਾਫਟ ਮੈਨੂੰ ਦੱਸੋ ਹਾਂਜੀ ਤੱਕ ਤੇ ਕੋਈ ਨਹੀਂ ਆਇਆ ਅਜੇ ਤੱਕ ਮਰੀਜ਼ ਕੋਈ ਨਹੀਂ ਆਇਆ ਇਧਰ ਆ ਗੁਲਖਾਨ ਤੇਰਾ ਬੇੜਾ ਤਰੇ ਖਾਨਾ ਖਰਾਬਾ ਜ਼ਲੀਲਾ ਕਿੱਥੇ ਰਹਿ ਗਿਆ ਸੀ ਓਏ ਮੈਂ ਉਹ ਨਸਵਾ ਲੈਣੇ ਗਿਆ ਹੋਆ ਤਾਂ ਇਹਨੇ ਸਰਦੀਆਂ 'ਚ ਕੁਕੜੀ ਨੂੰ ਆਈ ਤੇ ਕੁਕੜੀ ਮਰ ਗਈ ਮੈਂ ਕਿਹਾ ਨਵਾਉਣ ਨਾ ਮਰੀ ਕਹਿੰਦਾ ਨਵਾਨੇ ਸੇ ਨਹੀਂ ਮਰੀ ਜਬ ਨਚੋੜੀ ਫਿਰ ਮਰੀ ਹੈ ਐ ਲੈ ਆਪਣੀ ਨੌਕਰੀ ਵੱਲ ਧਿਆਨ ਦਿਆ ਕਰੋ ਮੈਂ ਤੁਹਾਨੂੰ ਕਈ ਵਾਰੀ ਕਿਹਾ ਹੈ ਨਹੀਂ ਤਾਂ ਮੈਂ ਇੱਥੋਂ ਨੌਕਰੀ ਤਾਂ ਤੈਨੂੰ ਕੱਢ ਦਿਆਂਗਾ ਖਾਣਾ ਖਰਾਬ ਗਿਆ ਸਾਲਾ ਸਾਰੇ ਜਾਣਦਾ ਕੁਲਫੀ ਖਾ ਰਿਹਾ ਇਹਨੂੰ ਠੰਡੀ ਲੱਗੀ ਤਾਂ ਭੁੰਨਣ ਲੱਗਦੇ ਦੱਸ ਖਾਣੇ ਖਰਾਬ ਕਰ ਦਿੱਤੇ ਨੇ ਮੈਂ ਕਰੋੜਾਂ ਰੁਪਈਆ ਇਸੇ ਬਿਲਡਿੰਗ ਤੇ ਲਾਇਆ ਮੈਨੂੰ ਇੱਥੇ ਬਸ ਮਰੀਜ਼ ਚਾਹੀਦੇ ਨੇ ਜਿਹੜਾ ਇੱਥੇ ਬੰਦਾ ਆਵੇ ਉਹਦਾ ਆਪਰੇਸ਼ਨ ਕਰ ਦਿਓ ਜਿਹੜਾ ਕਹੇ ਮੇਰੇ ਅੱਖ 'ਚ ਦਰਦ ਤੇ ਆਪਰੇਸ਼ਨ ਜਿਹੜਾ ਬੰਦਾ ਕਹੇ ਮੇਰੇ ਕੰਨ 'ਚ ਦਰਦ ਤੇ ਆਪਰੇਸ਼ਨ ਠੀਕ ਹੈ ਮੈਨੂੰ ਪੈਸਾ ਚਾਹੀਦਾ ਮੈਂ ਆਪਣੇ ਮੁੰਡੇ ਨੂੰ ਨਵਾਂ ਮੋਟਰਸਾਈਕਲ ਲੈ ਕੇ ਦੇਣਾ ਹੈ ਲੋਕਾਂ ਦਾ ਢਿੱਡ ਵੱਡਾਂਗਾ ਤੇ ਮੇਰੇ ਮੁੰਡੇ ਨੂੰ ਮੋਟਰਸਾਈਕਲ ਮਿਲੇਗਾ ਮੋਟਰਸਾਈਕਲ ਨੂੰ ਗੋਲੀ ਮਾਰਨੀ ਮੇਰੇ ਸਾਈਕਲ ਦੇ ਡੰਡੇ ਤੇ ਬਾਦੇ ਸਾਈਕਲ ਦੇ ਡੰਡੇ ਤੇ ਖਾਣਾ ਖਰਾਬ ਨਾ ਮਾਂ ਨੂੰ ਨਵਾਂ ਬੀੜ ਨਹੀਂ ਲਵਾ ਕੇ ਦਿੰਦੇ ਸਾਈਕਲ ਤੇ 3400 ਲਾ ਦਿੰਦੇ ਨੇ ਦੱਸ ਕੌਣ ਸਿਆ ਖਾਣਾ ਖਰਾਬ ਗਿਆ ਨਵਾ ਦਿੱਤੇ ਆ ਬਾਹਰ ਇੱਕ ਬਾਬਾ ਸਾਈਕਲ ਤੇ ਜਾਂਦਾ ਡਿੱਗਿਆ ਉਹ ਜਾ ਕੇ ਕਹਿੰਦਾ ਉਠੋ ਬਾਬਾ ਜੀ ਕਿਸੇ ਨੇ ਨਹੀਂ ਵੇਖਿਆ ਬਾਬਾ ਧੋਤੀ ਚੋ ਕੇ ਕਹਿੰਦਾ ਤੂੰ ਵੇਖ ਲਾ ਇਹ ਸਿਸਟਰ ਮੈਂ ਤੇਰੀ ਬੀਵੀ ਆ ਉਹ ਪੈਨਾਡੋਲ ਮਰੀਜ਼ ਕਿੰਨੇ ਕਿੰਨੇ ਤੇ ਕੀ ਸੂਰਤ ਹਾਲ ਹੈ ਤੇ ਅੰਦਰ ਕੀ ਹੋ ਰਿਹਾ ਨਵਾਂ ਕੋਈ ਵੀ ਮਰੀਜ਼ ਨਹੀਂ ਆਇਆ ਅੱਛਾ 12 ਵਜ ਗਏ ਤੇ ਅਜੇ ਤੱਕ ਮਰੀਜ਼ ਕੋਈ ਨਹੀਂ ਕੋਈ ਖਾਣਾ ਕੀ ਬਾਤ ਹੈ ਇਹ ਬਾਹਰ ਚੌਂਕ ਵਾਲਾ ਇਸ਼ਾਰਾ ਨਹੀਂ ਚਾਰੇ ਇਸ਼ਾਰੇ ਡਾਇਰੈਕਟ ਕਰ ਦੇ ਆਪੇ ਹੀ ਆਪਸ ਚ ਵੱਜਣਗੇ ਵੇਖ ਲਾਸ਼ਾਂ ਦੇ ਇੱਥੇ ਢੇਰ ਲੱਗਦੇ ਮੈਨੂੰ ਪੈਸੇ ਚਾਹੀਦੇ ਨੇ ਅੱਛਾ ਹਾਂਜੀ ਮੈਂ ਤਾਂ ਖੁਦ ਚਲਦੇ ਨਾ ਮਾਰਾ ਵੀ ਤਨਖਾਹ ਲੇਟ ਹੋ ਗਿਆ ਤੋ ਮੈਂ ਲੇਟ ਤੇਰਾ ਤਨਖਾਹ ਕਿਹੜਾ ਆ ਖਾਣਾ ਖਰਾਬਾ ਚੱਲ ਦਫਾ ਹੋ ਜਾ ਇੱਕ ਪਠਾਨ ਨੇ ਬੈਂਕੇ ਡਾਕਾ ਮਾਰਿਆ 2 ਮਿੰਟ ਬਾਅਦ ਹੀ ਫੜਿਆ ਗਿਆ ਅੱਛਾ ਉੱਥੇ ਬਹਿ ਕੇ ਕਹਿਣ ਲੱਗ ਪਿਆ ਦਲੋਰ ਸਲੋਰ ਪਚੋਰ ਛੋ ਚੱਲ ਆਪਣੀ ਡਿਊਟੀ ਤੇ ਪਹੁੰਚ ਚੱਲ ਆਪਣੀ ਡਿਊਟੀ ਤੇ ਚੱਲ ਤਾਂ ਹੋ ਜਾ ਚੱਲ ਮੈਂ ਫਰਾਂ ਮਾਰ ਚੱਲ ਮੈਂ ਫਰਾਂ ਮਾਰ ਤੂੰ ਹੁਰਾ ਮਾਰ ਕਿੱਥੇ ਹੁਰਾ ਮਰਾਵੇ ਕਿੱਥੇ ਹੁਰਾ ਮਰਾਂ ਮਰੇ ਮੈਂ ਮੇਰੀ ਗੱਲ ਸਰ ਪਛਾਣਾ ਬਹੁਤੀਆਂ ਗੱਲਾਂ ਨਾ ਕਰੀ ਮੈਂ ਤੈਨੂੰ ਥਾਂ ਮਾਰ ਦੇਗੀ ਥਾਂ ਮਾਰ ਦੇਗੀ ਮੈਂ ਨਸਵਾਰ ਦੀ ਚੁੰਡੀ ਰੱਖ ਕੇ ਤੇ ਲੱਕੜ ਪਾੜ ਦੇਵਾਂਗਾ ਅਗਲੇ ਦਾ ਬੰਦਾ ਮਰ ਜਾਂਦਾ ਤੂੰ ਦਸਤਾਨੀ ਲਾ ਕੇ ਸੌਰੀ ਤੇਰਾ ਖਾਣਾ ਖਰਾਬ ਹੋ ਗਿਆ ਤੇਰੇ ਵਰਗਾ ਡਾਕਟਰ ਰਾਤ ਨੂੰ 3 ਵਜੇ ਰੋ ਰਿਹਾ ਹੁੰਦਾ ਕਿਉਂ ਸਭ ਸੌ ਗਏ ਮੁਝੇ ਨੀਂਦ ਖਾ ਪਾਏਗੀ ਕਿਉਂ ਪਾਏਗੀ ਖਾਣਾ ਖਰਾਬ ਕੀ ਕੀਤਾ ਜੀ ਅੰਦਰ ਸਰ ਮੈਂ ਮਰੀਜ਼ ਚੈੱਕ ਕਰ ਰਿਹਾ ਸਾਂ ਤੇ ਮਰੀਜ਼ ਦਾ ਕੀ ਬਣਿਆ ਸਰ ਮਰੀਜ਼ ਕੁਝ ਠੀਕ ਨੇ ਕੁਝ ਠੀਕ ਨਹੀਂ ਇੱਥੇ ਜਿਹੜਾ ਬੰਦਾ ਆਵੇ ਉਹਦਾ ਆਪਰੇਸ਼ਨ ਕਰ ਦਿਓ ਸਰ ਐਸੇ ਮਰੀਜ਼ ਨਹੀਂ ਕਿ ਜਿਨ੍ਹਾਂ ਦਾ ਆਪਰੇਸ਼ਨ ਕੀਤਾ ਜਾਵੇ ਮਾਲਕ ਕੌਣ ਹੈ ਤੁਸੀਂ ਸਰ ਜਦੋਂ ਮੈਂ ਤੈਨੂੰ ਕਹਿਣ ਡਿਆ ਜਿਹੜਾ ਬੰਦਾ ਇੱਥੇ ਆਉਂਦਾ ਉਹਦਾ ਆਪਰੇਸ਼ਨ ਕਰੋ ਜਿਹੜਾ ਕਹਿੰਦਾ ਮੇਰੇ ਗੁਰਦਿਆਂ ਦੀ ਤਕਲੀਫ ਹੈ ਤਾਂ ਕਪੂਰਿਆਂ ਦਾ ਵੀ ਕਰ ਦਿਓ ਸਰ ਮੈਂ ਆਪਰੇਸ਼ਨ ਨਹੀਂ ਕਰ ਸਕਦਾ ਡਾਕਟਰ ਹੋ ਸਕਦਾ ਸੀ ਸਰ ਪਲੀਜ਼ ਮਿਹਰਬਾਨੀ ਜੀ ਸਰ ਇਹਨਾਂ ਦੂਰ ਦੀ ਹੈ ਹਾਂਜੀ ਦੂਰ ਦੀ ਦੂਰ ਸੁੱਟ ਕੇ ਅੱਛਾ ਗੱਲ ਸੁਣ ਮੇਰੀ ਇਤਰਾ ਚੋਕ ਲਿਆ ਚਾ ਲੈ ਕੇ ਆ ਰਹੇ ਸਰ ਰੀਬਾ ਪਤਪਤੀ ਤੇ ਕਿੱਥੋਂ ਡਾਕਟਰ ਬਣ ਗਿਆ ਤੂੰ ਇੰਨੀਆਂ ਗੋਲੀਆਂ ਦੇ ਦਿੰਦਾ ਵੀ ਕੋਈ ਤੇ ਲੱਗੇਗੀ ਨਾ ਸਰ ਮੈਨੂੰ ਅੱਗੇ ਵੀ ਤੇਰੀ ਸ਼ਿਕਾਇਤ ਮਿਲੀ ਏ ਭਾਈ ਸਰ ਤੂੰ ਵਧਿਆ ਬਲੱਡ ਪੀ ਜਾਣਾ ਬਜਾਏ ਮਰੀਜ਼ ਨੂੰ ਲਾਉਣ ਦੇ ਟੂਟੀ ਮੂੰਹ ਚ ਲਾ ਕੇ ਪੀ ਰਿਹਾ ਸੀ
खाना खराब मैं नौकरी तो कढ़ देंगा अपने काम वाल ध्यान दिया करो सर मैं दे रहा सर इत्थे इक्को सबक है की सर जेड़ा बंदा आवे ओदी वखी पाड़ दियो क्यों रोशनदान बना दियो क्यों सर मैनू पैसे चाहिए पैसे मैं अपने पुत्र नूं नवा मोबाइल लैके देना समझो सिस्टर आ तेरी मां नहीं मैं तेरी भैन नहीं तेरी बीवी आ अल्लाह करे तेरी भैन हुंदी तेरे बच्चे तैनू मामू कहंदे अन खत्ती दे बच्चा उतरी दे बच्चा अन निकल गई दे बच्चा तेरा क्यों नहीं जेबी दरवाजा खाई वे ऐतकी मैं तेरी जुबान वढ़नी है तेरा खाना खराब ओ इधर आ जी सर नर्स किथे हैगी है नर्स सर अंदर मैं बुला सारा हमला मैं कर देना कोई काम चोर ने सारे बुला उन जल्दी ना चार्जर का काम क्यों उनका मालक मेरी